ਵਾਟਰ ਟੈਕਨੋਲੋਜੀ ਬਾਰੇ ਸੁਣਿਆ ਹੋਊਗਾ, ਜੇ ਨਹੀਂ ਸੁਣਿਆ ਤਾਂ ਮੈਂ ਤੁਹਾਨੂੰ ਦੱਸਦਾ। ਜਿੱਦਾਂ ਕਈ ਵਾਸ਼ਿੰਗ ਮਸ਼ੀਨਸ ਨੇ, ਵਾਸ਼ਿੰਗ ਮਸ਼ੀਨ ਕੀ ਕਰਦੀਆਂ ਨੇ, ਕਈ ਏਦਾਂ ਦੀਆਂ ਹੁੰਦੀਆਂ ਨੇ ਅੱਜ ਕੱਲ੍ਹ ਜਿਹੜੀਆਂ ਕਿ ਕੱਪੜਿਆਂ ਨੂੰ ਸੁਕਾ ਕੇ ਵੀ ਬਾਹਰੇ ਕਰ ਦਿੰਦੀਆਂ ਨੇ ਇੱਕ ਕਾਰਨ ਦੇ ਵਿੱਚ। ਜਾਂ ਫਿਰ ਕੁਛ ਐਵੇਂ ਦੇ ਏਅਰ ਕੰਡੀਸ਼ਨਰ ਨੇ, ਏਅਰ ਕੰਡੀਸ਼ਨਰ ਕੀ ਕਰਦੇ ਆ ਕਿ ਆਪਾਂ ਉਹਨਾਂ ਦਾ ਟੈਂਪਰੇਚਰ ਸੈੱਟ ਕਰ ਦਿੰਦੇ ਹਾਂ ਜਿੱਦਾਂ 25 ਜਾਂ 26 'ਤੇ, ਤਾਂ ਜਦੋਂ 25 ਜਾਂ 26 ਦਾ ਟੈਂਪਰੇਚਰ ਹੋ ਜਾਂਦਾ ਉਸ ਤੋਂ ਬਾਅਦ ਉਹ ਕੀ ਕਰਦੇ ਆ ਆਪਣੇ ਆਪ ਕੱਟ ਮਾਰ ਦਿੰਦੇ ਆਨਲਾਈਨ ਕਰਦੇ ਹਾਂ। ਇਹ ਸਾਰੀਆਂ ਚੀਜ਼ਾਂ AI ਦੀ ਵਜ੍ਹਾ ਕਰਕੇ ਹੀ ਕੰਮ ਕਰਦੀਆਂ ਨੇ। ਆਪਾਂ ਬ੍ਰੀਫ ਦੇ ਵਿੱਚ ਚੱਲਦੇ ਹਾਂ ਕਿ AI ਦੀ ਜੋ ਟੈਕਨੋਲੋਜੀ ਆ, ਚਾਹੇ ਉਹ ਕਿਸੇ ਵੀ ਮਸ਼ੀਨ ਦੇ ਵਿੱਚ ਆ, ਚਾਹੇ ਉਹ ਕੋਈ ਬਹੁਤ ਛੋਟੀ ਮਸ਼ੀਨ ਆ, ਚਾਹੇ ਕੋਈ ਬਹੁਤ ਵੱਡੀ ਮਸ਼ੀਨ, ਉਹਦੇ ਤਿੰਨ ਨੇ ਹਿੱਸੇ ਹੁੰਦੇ। ਪਹਿਲੀ ਚੀਜ਼ ਹੁੰਦੀ ਆ ਜਿਹਨੂੰ ਡਾਟਾ ਬੋਲਦੇ, ਡਾਟਾ ਬੋਲੀ ਸਾਰੇ ਬੱਚਿਆਂ ਨੇ ਆਲਮੋਸਟ ਸੁਣੇ ਹੀ ਹੋਣਗੇ ਡਾਟਾ।